ਨਸ਼ੇ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਦੌਰਾਨ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ। ਪੁਲਿਸ ਨੂੰ ਇੱਕ ਕਾਰ ਵਿੱਚੋਂ 55 ਕਿਲੋਗ੍ਰਾਮ ਚੂਰਾ ਪੋਸਤ ਤੇ 1,09,000 ਦੀ ਡਰੱਗ ਮਨੀ ਬਰਾਮਦ ਹੋਈ। ਇਸ ਦੇ ਨਾਲ ਹੀ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਸ ਦੇ ਮਗਰੋਂ ਪੁਲਿਸ ਦੇ ਅੜਿੱਕੇ ਚੜੇ 2 ਵਿਅਕਤੀ, ਜਿਨ੍ਹਾਂ ਕੋਲੋਂ 35 ਕਿਲੋ ਪੋਸਤ ਤੇ 5,50,000 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਯਾਨੀ ਕਿ ਪੁਲਿਸ ਨੇ 90 ਕਿਲੋ ਪੋਸਤ ਦੇ ਨਾਲ 6,59,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਤੇ ਨਾਲ ਹੀ 5 ਵਿਅਕਤੀਆਂ ਨੂੰ ਵੀ ਕਾਬੂ ਕੀਤਾ। ਆਓ ਬਾਕੀ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਦੇ ਮੂੰਹੋਂ ਸੁਣਦੇ ਹਾਂ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ਼ ਚਲਾਈ ਮੁਹਿੰਮ ਦੇ ਵਿੱਚ ਅੱਜ ਮੁਕਤਸਰ ਸਾਹਿਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ। ਜਦੋਂ ਸਾਡੀ ਥਾਣੇ ਗਿੱਦੜਬਾਹਾ ਦੀ ਟੀਮ ਵੱਲੋਂ ਅੰਡਰ ਦੀ ਸੁਪਰਵਿਜ਼ਨ ਆਫ DSP ਗਿੱਦੜਬਾਹਾ ਅਸੀਂ 5 ਬੰਦੇ ਨੂੰ ਰਾਊਂਡ ਅਪ ਕੀਤਾ। ਇਹਨਾਂ ਦੇ ਕੋਲੋਂ ਸਾਨੂੰ 90 ਕਿਲੋ ਬੁੱਕੀ, 6,60,000 ਡਰੱਗ ਮਨੀ ਬਰਾਮਦ ਹੋਇਆ। ਇਹਨਾਂ ਦੇ ਵਿੱਚੋਂ 2 ਬੰਦੇ ਰਾਜਸਥਾਨ ਦੇ ਹੈਗੇ ਅਤੇ ਬਾਕੀ 3 ਸਾਡੇ ਜ਼ਿਲ੍ਹੇ ਦੇ ਨੇ। ਇਹ ਸਮਾਨ ਲਿਆ ਕਰ ਕੌਣੀ ਪਿੰਡ ਦੇ ਵਿੱਚ ਉੱਥੋਂ ਆ ਕੇ ਸਪਲਾਈ ਕਰਦੇ ਹੁੰਦੇ ਸੀ ਅਤੇ ਜਿਹਨੂੰ ਸਪਲਾਈ ਕਰਦੇ ਸੀ ਉਹਦੀ ਅਸੀਂ ਡਿਟੇਲਸ ਕੱਢ ਰਹੇ। ਬਟ ਉਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦੇ ਹਾਂ, ਇੱਕ ਰਿੰਕੂ ਗੁੱਜਰ ਹੈਗਾ, ਇੱਕ ਧੀਰ ਸਿੰਘ ਹੈਗਾ, ਇੱਕ ਕੁਲਦੀਪ ਸਿੰਘ ਨੇ, ਇੱਕ ਸੁਰਜੀਤ ਸਿੰਘ ਅਤੇ ਇੱਕ ਰਾਜਿੰਦਰ ਸਿੰਘ। ਇਹ ਰਿਕਵਰੀ ਦੇ ਨਾਲ ਮੈਂ ਸਾਰੇ ਮੁਕਤਸਰ ਦੇ ਨਿਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਅਸੀਂ ਜੋ ਹੈਗੇ ਡਰੱਗਸ ਦੇ ਖਿਲਾਫ਼ ਇੱਕ ਬੜੀ ਸਟਰੋਂਗ ਮੁਹਿੰਮ ਚਲਾਉਣ ਲੱਗੇ। ਜੋ ਆਲਰੇਡੀ ਚੱਲੀ ਆ ਰਹੀ ਹੈ ਉਹਦੇ ਵਿੱਚ ਸਾਡਾ ਯੋਗਦਾਨ ਇਹ ਰਹੇਗਾ ਕਿ ਅਸੀਂ, ਸਾਡੀ ਕੋਸ਼ਿਸ਼ ਇਹ ਰਹਿਣੀ ਹੈ ਕਿ ਅਸੀਂ ਇੱਕ ਤਾਂ ਡਰੱਗਸ ਸਮਗਲਰ ਸਾਰੇ ਫੜ ਲਈਏ ਅਤੇ ਉਸ ਤੋਂ ਇਲਾਵਾ ਜਿੰਨਾ ਇਹਨਾਂ ਦੀਆਂ ਪ੍ਰੋਪਰਟੀਜ਼ ਵੀ ਹੈਗੀਆਂ ਉਹ ਵੀ ਸਾਰੀਆਂ ਫਰੀਜ਼ ਕਰਾਉਣਗੇ, ਅਟੈਚ ਕਰਾ ਕੇ ਫੋਰਫੀਟ ਕਰਾਉਣਗੇ ਅਤੇ ਨਸ਼ਾ ਅਸੀਂ ਜ਼ਿਲ੍ਹੇ ਦੇ ਵਿੱਚ ਵਿਕਣ ਨਹੀਂ ਦੇਣਾ। 2 ਹੈਗੇ ਰਾਜਸਥਾਨ ਦੇ ਰਹਿਣ ਵਾਲੇ ਜੀ ਅਤੇ ਬਾਕੀ ਹੈਗੇ, ਇੱਕ ਹੈਗਾ ਫੱਗਰਸਰ ਪਿੰਡ ਦਾ ਅਤੇ 2 ਹੈਗੇ ਕੌਣੀ ਪਿੰਡ ਦਾ। ਇਹ ਬੇਸਿਕਲੀ 3 ਮੁੰਡੇ ਜੋ ਸੀਗੇ ਇਹ ਮਲੋਟ ਰੋਡ ਤੋਂ ਆ ਰਹੇ ਸੀ, ਚਿੱਟੀ ਗੜੀ ਵਿੱਚ ਸੀਗੇ ਅਤੇ ਇਹਨਾਂ ਦੇ ਕੋਲ ਆਲਮੋਸਟ 1,10,000 ਕੈਸ਼ ਸੀਗਾ ਅਤੇ ਅਰਾਊਂਡ 50 ਕਿਲੋ ਬੁੱਕੀ ਇਹਨਾਂ ਦੀ ਗੱਡੀ 'ਚ ਸੀਗੀ। ਇਹਨਾਂ ਨੂੰ ਜਦੋਂ ਫੜਿਆ ਗਿਆ, ਫੜਨ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਬਾਰੇ ਇਹਨਾਂ ਨੇ ਦੱਸਿਆ ਕਿ ਅਸੀਂ ਇਸ ਅੱਗੇ ਫਲਾਣੇ ਬੰਦੇ ਨੂੰ ਸਪਲਾਈ ਕਰਨ ਜਾ ਰਹੇ ਸੀ। ਫਿਰ ਅਕੋਰਡਿੰਗਲੀ ਬਿਲਕੁਲ ਇਮੀਡੀਏਟਲੀ ਸਾਡੀ ਟੀਮ ਮੂਵ ਕੀਤੀ। ਜਦੋਂ ਇਹਨਾਂ ਦੇ ਘਰ ਰੇਡ ਹੋਈ ਅਤੇ ਉੱਥੇ ਸਾਨੂੰ ਸੁਰਜੀਤ ਅਤੇ ਰਾਜਿੰਦਰ ਮਿਲੇ ਅਤੇ ਇਹਨਾਂ ਦੇ ਕੋਲ ਬਾਕੀ ਬਚੀ ਹੋਈ ਜੋ ਬੁੱਕੀ ਸੀਗੀ 50 ਕਿਲੋ ਇਹਨਾਂ ਦੇ ਕੋਲੋਂ ਮਿਲੀ ਅਤੇ ਨਾਲ 5,50,000 ਰੁਪਏ ਕੈਸ਼ ਇਹਨਾਂ ਦੇ ਕੋਲੋਂ ਬਰਾਮਦ ਹੋਇਆ। ਇਹ ਹਾਲੇ ਸਾਡਾ ਪਰਚਾ ਹੋਇਆ, ਅਸੀਂ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਅਤੇ ਜੇਕਰ ਇਹਨਾਂ ਦੇ ਪੁਰਾਣੇ ਪਰਚੇ ਹੋਣਗੇ ਉਹਨਾਂ ਦੀ ਵੀ ਡਿਟੇਲਸ ਨਿਕਾਲੀ ਜਾਏਗੀ ਅਤੇ ਉਹਨਾਂ ਦੇ ਵਿੱਚ ਬੇਲਾਂ ਬੁਲਾਂ ਕਿਵੇਂ ਹੋਈਆਂ ਉਹ ਚੈੱਕ ਕਰਕੇ ਉਹਦੇ ਵੀ ਕਾਰਵਾਈ ਕੀਤੀ ਜਾਏਗੀ। ਇਹ ਗੱਡੀਆਂ 'ਤੇ ਲੈ ਕੇ ਆਉਂਦੀ ਜੀ, ਰਾਜਸਥਾਨ ਤੋਂ ਇੱਥੋਂ ਸਪਲਾਈ ਹੁੰਦੀ ਸੀ, ਵਰਨਾ ਗੱਡੀ ਸੀਗੀ। ਇਹ ਹੈਗੀ 5,00,000 ਅਤੇ 1,10,000 ਇੱਕ ਹੈਗੀ, ਟੋਟਲ 6,60,000 ਰੁਪਏ ਕੈਸ਼ ਹੈਗੇ ਅਤੇ ਇਹ ਇਹਨਾਂ ਨੇ ਇਕੱਠੇ ਕੀਤੇ ਸੀ ਅੱਗੇ ਬੁਕਿੰਗ ਸਪਲਾਈ ਕਰਕੇ। ਨਹੀਂ ਜੀ, ਛੋਟੀ ਉਮਰ ਦੀ ਨਹੀਂ, 27 ਸਾਲ ਦਾ, 31 ਸਾਲ ਦਾ, 80 ਅਤੇ 1 50 ਸਾਲ ਦਾ ਹੈਗਾ। 5 ਬੰਦੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਬਾਕੀ ਸਾਡਾ ਜੋ ਹੈਗੀ ਪੁੱਛਗਿੱਛ ਚੱਲ ਰਹੀ ਹੈ। ਇਹਨਾਂ ਦੀ ਰਿਮਾਂਡ ਲਿੱਤੀ ਗਈ ਹੈ ਅਤੇ ਉਸ ਤੋਂ ਬਾਅਦ ਜੋ ਹੈਗਾ ਅੱਗੇ 3 ਦਿਨ ਦੀ ਰਿਮਾਂਡ ਲਿੱਤੀ ਗਈ ਹੈ, ਅੱਗੇ ਕਾਰਵਾਈ ਜੋ ਬਣਦੀ ਉਹ ਕੀਤੀ ਜਾਊਗੀ। ਸਰ, ਇਹ ਰਾਜਸਥਾਨ ਤੋਂ ਕਿੱਥੋਂ ਲਿਆ ਕੇ ਅਤੇ ਪੰਜਾਬ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕਰ ਰਹੇ? ਇਹ ਹਾਲੇ ਜੋ ਹੈਗੇ ਕੋਟਾ ਤੋਂ ਲੈ ਕੇ ਆ ਰਹੇ ਸੀ, ਅੱਗੇ ਕਿੱਥੇ ਕਿੱਥੇ ਸਪਲਾਈ ਕਰਦੇ ਇਹ ਅੰਡਰ ਇਨਵੈਸਟੀਗੇਸ਼ਨ ਹੈਗਾ, ਜੋ ਚੀਜ਼ ਕਲੀਅਰ ਹੋਣੀ ਉੱਥੋਂ ਲੈ ਕੇ ਆਵਾਂਗੇ।